ਕੱਲ ਆਪਣੇ ਜਿਹੜੇ ਤੁਹਾਡੇ ਸਮਰਥਕ ਸਨ ਜਿਨ੍ਹਾਂ ਨੇ ਕਿ ਦਿਨ ਰਾਤ ਇੱਕ ਕਰਕੇ ਕੰਮ ਕੀਤਾ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋ? ਭਾਅ ਜੀ, ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਆਪਣੇ ਦਿਲ ਕੋਲੋਂ ਸ਼ੁਕਰ ਗੁਜ਼ਾਰਿਆ ਜਿਨ੍ਹਾਂ ਨੇ ਮੇਰਾ ਮੋਢਾ ਲਾਇਆ ਇਸ ਸਮੇਂ, ਕਿਉਂਕਿ ਕਹਿੰਦਾ ਮਤਲਬ ਇਹ ਆ ਕਿ ਜਿਹੜੀ ਫੈਮਲੀ ਹੁੰਦੀ ਹੈ ਮੋਸਟ ਇੰਪੋਰਟੈਂਟ ਹੁੰਦੀ ਹੈ, ਅਤੇ ਜਿਹੜੇ ਮੇਰੇ ਫੈਮਲੀ ਫਰੈਂਡ ਸੀ ਮੇਰੇ ਨਾਲ ਖੜ੍ਹੇ ਸੀ ਉਸ ਵਕਤ 'ਤੇ ਜਦ ਮੈਨੂੰ ਸਖ਼ਤ ਇਹਨਾਂ ਦੀ ਲੋੜ ਸੀ। ਮੈਂ ਇਹੀ ਕਹੂੰਗਾ, ਹਰ ਜਿੱਤ ਹੁੰਦੀ ਹੈ ਸਾਰੇ ਮੈਦਾਨਾਂ ਦੇ ਵਿੱਚ। ਜੇ ਮੈਂ ਸਿਆਸਤ ਵਿੱਚ ਪੈ ਰੱਖਿਆ ਸੀ, ਇਹੀ ਸੋਚ ਕੇ ਰੱਖਿਆ ਸੀ ਕਿ ਜਿਹੜੇ ਪਿਛਲੇ 15 ਸਾਲ ਮੈਂ ਕਮਿਊਨਿਟੀ ਵਾਸਤੇ ਸੇਵਾ ਕੀਤੀ ਉਹ ਇੱਕ ਮੈਂ ਵੱਡੇ ਪੱਧਰ 'ਤੇ ਕਰ ਸਕਾਂ, ਪਰ ਕਮਿਊਨਿਟੀ ਨੇ ਆਪਣੀ ਆਵਾਜ਼ ਉਠਾਈ ਅਤੇ ਜਿਹੜਾ ਉਹਨਾਂ ਨੇ ਵੋਟ ਕੀਤਾ ਸਤਿਬਚਨ ਜੀ, ਰਾਈਟ, ਸੋ ਮੈਂ ਉਹਨਾਂ ਨਾਲ ਸਹਿਮਤ ਹਾਂ ਕਿ ਅਕਸਰ ਉਹਨਾਂ ਨੇ ਸੋਚ ਸਮਝ ਕੇ ਆਪਣੀਆਂ ਵੋਟਾਂ ਪਾਈਆਂ, ਅਤੇ ਆਈ ਵਿਸ਼ ਦ ਸੋਰੀ ਫਰਸਟ ਟੀਮ ਆਲ ਦ ਸਕਸੈਸ ਇਨ ਦ ਵਰਲਡ। ਪਰ ਮੈਂ ਇਹੀ ਕਹੂੰਗਾ ਕਿ ਜਿਹੜੇ ਪਿਛਲੇ 15 ਸਾਲ ਸੇਵਾ ਕਰਦਾ ਆਇਆ, ਇੱਦਾਂ ਹੀ ਮੁਰਲੇ 15 ਸਾਲ ਮੈਂ ਸੇਵਾ ਕਰਦਾ ਰਹਿਣਾ ਆ। ਮੇਰਾ ਇਹੀ ਮਕਸਦ ਸੀ ਕਿ ਬੱਚਿਆਂ ਨੂੰ ਡਰੱਗਸ ਅਤੇ ਗੈਂਗਸ ਕੋਲੋਂ ਬਚਾਵਾਂ, ਫਿਊਚਰ ਵਿੱਚ ਵੀ ਮੈਂ ਉਹੀ ਸਟੈਪ ਚੱਕਦੇ ਰਹਿਣਾ ਆ।